ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਿਲਸ ਮੈਂਟਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਗਿਲਸ ਮੈਂਟਰ ਪੰਜਾਬ ਦਾ ਸਭ ਤੋਂ ਬੈਸਟ ਔਨਲਾਈਨ ਸਟੱਡੀ ਚੈਨਲ ਹੈ ਜਿਸ ਦੇ ਨਾਲ ਜੁੜ ਕੇ ਤੁਸੀਂ ਆਪਣੇ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਡੇਲੀ ਲਾਈਵ ਕਲਾਸਿਸ ਜੁਆਇਨ ਕਰ ਸਕਦੇ ਹੋ ਤੁਸੀਂ ਸਾਡੇ ਚੈਨਲ ਤੋਂ ਜਿਸ ਦੇ ਨਾਲ ਤੁਸੀਂ ਆਪਣੇ ਕਿਸੇ ਵੀ ਐਗਜ਼ਾਮ ਦੀ ਚਾਹੇ ਤੁਹਾਡਾ ਕੋਈ ਸੈਂਟਰ ਲੈਵਲ ਦਾ ਐਗਜ਼ਾਮ ਹੈ ਚਾਹੇ ਕੋਈ ਸਟੇਟ ਲੈਵਲ ਦਾ ਇਗਜ਼ਾਮ ਹੈ ਉਸ ਦੇ ਘਰ ਬੈਠ ਕੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਆ ਉਹ ਤਿਆਰੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਫਸਟ ਟਾਈਮ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਔਰ ਨਾਲ ਹੀ ਜੋ ਬੈਲ ਆਈਕਨ ਹੈ ਉਸ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਇਸ ਦੇ ਨਾਲ ਕੀ ਹੋਊਗਾ ਕਿ ਜਿਹੜੀ ਵੀ ਕੋਈ ਵੀ ਵੀਡੀਓ ਸਾਡੇ ਵੱਲੋਂ ਪਾਈ ਜਾਊਗੀ ਚਾਹੇ ਉਹ ਸਟੱਡੀ ਦੇ ਰਿਲੇਟਿਡ ਹੋਵੇ ਚਾਹੇ ਕਿਸੇ ਅਪਕਮਿੰਗ ਜੌਬ ਦੇ ਰਿਲੇਟਿਡ ਹੋਵੇ ਚਾਹੇ ਕਿਸੇ ਐਗਜ਼ਾਮ ਦੇ ਰਿਲੇਟਿਡ ਹੋਵੇ ਤਾਂ ਉਹ ਜਿਹੜੀ ਉਹਦੀ ਕੋਈ ਵੀ ਇਨਫੋਰਮੇਸ਼ਨ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਉਹ ਟਾਈਮ ਟੂ ਟਾਈਮ ਮਿਲਦਾ ਰਹੂਗਾ ਤੇ ਕੋਈ ਵੀ ਜ਼ਰੂਰੀ ਜਿਹੜੀ ਜਾਣਕਾਰੀ ਹੈ ਉਹ ਮਿਸ ਨਹੀਂ ਹੋਊਗੀ ਤੁਸੀਂ ਸਾਡਾ YouTube ਚੈਨਲ ਜੁਆਇਨ ਕਰ ਸਕਦੇ ਹੋ ਗਿਲਜ਼ਮੈਂਟ اور ای ਲਰਨਿੰਗ ਪਲੇਟਫਾਰਮ ਦੇ ਨਾਂ ਤੇ ਜਾ ਕੇ ਉਸ ਦੇ ਵਿੱਚ ਜਦੋਂ ਤੁਸੀਂ ਚੈਨਲ ਨੂੰ ਜੁਆਇਨ ਕਰੋਗੇ ਤਾਂ ਉੱਥੇ ਹੀ ਤੁਹਾਨੂੰ ਸਾਡੇ WhatsApp ਗਰੁੱਪ Telegram ਗਰੁੱਪ Instagram ਗਰੁੱਪ ਇਹਨਾਂ ਸਭ ਦੇ ਲਿੰਕ ਆ ਜਿਹੜੇ ਉਹ ਮਿਲ ਜਾਣਗੇ ਤਾਂ ਤੁਸੀਂ ਸਾਡੇ ਕਿਸੇ ਵੀ ਗਰੁੱਪ ਦੇ ਨਾਲ ਜੋੜ ਸਕਦੇ ਹੋ ਤੇ ਵੱਧ ਤੋਂ ਵੱਧ ਇਨਫੋਰਮੇਸ਼ਨ ਐ ਜਿਹੜੀ ਉਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਸ਼ੇਅਰ ਤਾਂ ਵੱਧ ਤੋਂ ਵੱਧ ਜਿੱਥੋਂ ਤੱਕ ਹੋ ਸਕਦਾ ਜਿੱਥੇ ਵੀ ਕੋਈ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਵੀ ਜਾਣਕਾਰ ਕੋਈ ਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਉਸ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹਨਾਂ ਤੱਕ ਵੀ ਕੋਈ ਵੀ ਜਿਹੜੀ ਜ਼ਰੂਰੀ ਜਾਣਕਾਰੀ ਹੈ ਕਿਸੇ ਵੀ ਚੀਜ਼ ਦੇ ਰਿਲੇਟਿਡ ਕਿਸੇ ਵੀ ਸਟੱਡੀ ਦੇ ਰਿਲੇਟਿਡ ਜਾਂ ਕਿਸੇ ਵੀ ਜੌਬ ਦੇ ਰਿਲੇਟਿਡ ਉਹਨਾਂ ਤੱਕ ਪਹੁੰਚ ਸਕੇ ਤੇ ਸਭ ਤੋਂ ਸਾਰਿਆਂ ਦਾ ਭਲਾ ਹੋ ਸਕੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸਾਡੀ ਵੈਬਸਾਈਟ ਹੈ www gillsmen.test.com ਤੇ ਜਾ ਕੇ ਉਥੋਂ ਇਨਫੋਰਮੇਸ਼ਨ ਲੈ ਸਕਦੇ ਹੋ ਦੇਖ ਸਕਦੇ ਹੋ ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿਹੜਾ ਕੋਈ ਵੀ ਕੋਰਸ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਸਾਡੇ ਵੱਲੋਂ ਸਾਰੇ ਡਿਫਰੈਂਟ ਡਿਫਰੈਂਟ ਕੋਰਸੇਸ ਦੇ ਡਿਫਰੈਂਟ ਡਿਫਰੈਂਟ ਬੈਚੇਸ ਚੱਲ ਰਹੇ ਨੇ ਸਭ ਦੀਆਂ ਟੈਸਟ ਸੀਰੀਜ਼ ਅਵੇਲੇਬਲ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਡੀ ਐਪ ਵੀ Google Play ਤੇ ਜਾ ਕੇ Girls Mentor ਦੇ ਨਾਮ ਤੋਂ ਸਰਚ ਕਰੋਗੇ ਤਾਂ ਉੱਥੇ ਤੁਹਾਨੂੰ ਸਾਡੀ ਐਪ ਦਾ ਲਿੰਕ ਵੀ ਮਿਲ ਜੂਗਾ ਤੁਸੀਂ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਜਾਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਨੂੰ ਸਾਡੀ ਐਪ ਦਾ ਲਿੰਕ ਹੈ ਜਿਹੜਾ ਉਹ ਮਿਲ ਜੂਗਾ ਉੱਥੋਂ ਵੀ ਤੁਸੀਂ ਸਾਡੀ ਐਪ ਜਿਹੜੀ ਹੈ ਉਹ ਡਾਊਨਲੋਡ ਕਰਕੇ ਉਸ ਦੇ ਨਾਲ ਜੋੜ ਸਕਦੇ ਹੋ ਉੱਥੇ ਤੁਹਾਨੂੰ ਸਾਰੇ ਜਿਹੜੇ ਸਾਡੇ ਅੱਗੇ ਬੈਚਸ ਸਟਾਰਟ ਹੋ ਰਹੇ ਹਨ ਨਵੇਂ ਅਪਕਮਿੰਗ ਬੈਚਸ ਸਟਾਰਟ ਹੋ ਰਹੇ ਹਨ ਜਾਂ ਜਿਹੜੇ ਬੈਚ ਚੱਲ ਰਹੇ ਹੈ ਜਾਂ ਮੌਕ ਟੈਸਟ ਸੀਰੀਜ਼ ਆ ਉਹਨਾਂ ਸਭ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਹਾਨੂੰ ਸਾਡੀ ਜਿਹੜੀ ਐਪ ਹੈ ਉਸ ਤੇ ਵੀ ਮਿਲ ਜੂਗੀ ਉਸ ਤੋਂ ਵੀ ਤੁਸੀਂ ਉਸ ਦੇ ਵਿੱਚ انرੋਲ ਕਰਕੇ ਆਪਣੇ ਐਗਜ਼ਾਮ ਦੀ ਤਿਆਰੀ ਜਿਹੜੀ ਆ ਉਹ ਕਰ ਸਕਦੇ ਹੋ ਤਾਂ ਇਹ ਸੀ ਇਨਫੋਰਮੇਸ਼ਨ ਜ਼ਰੂਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਹੁਣ ਆਪਾਂ ਚੱਲਦੇ ਆਂ ਆਪਾਂ ਅੱਜ ਕੀ ਕਰਨ ਜਾ ਰਹੇ ਆਂ ਆਪਣੀ ਕਲਾਸ ਦੇ ਵਿੱਚ ਆਪਾਂ ਕਰ ਰਹੇ ਆਂ ਆਪਣਾ ਟੌਪਿਕ ਪੰਜਾਬੀ ਵਿਆਕਰਨ ਜਿਸ ਦੇ ਵਿੱਚ ਆਪਾਂ ਪੰਜਾਬ ਦੇ ਸਾਰੇ ਹੀ ਜਿਹੜੇ ਐਗਜ਼ਾਮ ਹੈ ਉਸ ਦੇ ਲਈ ਜਿਹੜੀ ਗ੍ਰਾਮਰ ਕਰ ਰਹੇ ਆਂ ਪੰਜਾਬੀ ਦੀ ਜੋ ਕਿ ਇੰਪੋਰਟੈਂਟ ਹੁੰਦੀ ਹੈ ਤੇ ਅੱਜ ਆਪਾਂ ਇਸ ਦਾ ਭਾਗ ਤੀਜਾ ਕਰਨ ਜਾ ਰਹੇ ਆਂ ਆਪਣੀ 3rd ਕਲਾਸ ਇਸ ਦੀ ਔਰ ਇਸ ਦੇ ਵਿੱਚ ਅੱਜ ਆਪਾਂ ਪੰਜਾਬੀ ਵਿਆਕਰਨ ਜਿਹੜਾ ਟੌਪਿਕ ਹੈ ਉਸ ਦੇ ਵਿੱਚ ਆਪਾਂ ਅੱਜ ਆਪਣਾ ਅੱਗੇ ਨੈਕਸਟ ਟੌਪਿਕ ਆ ਰਿਹਾ ਹੈ ਭਾਸ਼ਾ ਜਾਂ ਬੋਲੀ ਭਾਸ਼ਾ ਜਾਂ ਬੋਲੀ ਅੱਜ ਆਪਾਂ ਕਰਾਂਗੇ ਤਾਂ ਉਸ ਦੇ ਵਿੱਚ ਜਿਹੜਾ ਆਪਾਂ ਕਵਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਕਿ ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ ਠੀਕ ਹੈ ਫਿਰ ਮਾਤ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਮਾਤ ਭਾਸ਼ਾ ਕੀ ਹੁੰਦੀ ਹੈ ਫਿਰ ਨੈਕਸਟ ਆਪਾਂ ਕਰਾਂਗੇ ਉਪ ਭਾਸ਼ਾ ਜਾਂ ਉਪ ਬੋਲੀ ਇਹ ਜਿਹੜੀਆਂ ਤਿੰਨ ਆਪਣੀਆਂ ਅੱਜ ਦੀਆਂ ਚੀਜ਼ਾਂ ਇਹ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਕਵਰ ਕਰਾਂਗੇ ਭਾਸ਼ਾ ਜਾਂ ਬੋਲੀ ਮਾਤ ਭਾਸ਼ਾ ਤੇ ਉਪ ਭਾਸ਼ਾ ਜਾਂ ਉਪ ਬੋਲੀ ਇਹ ਜਿਹੜੀਆਂ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਨੀ ਹੈ ਹੁਣ ਚੱਲਦੇ ਆਪਾਂ ਅੱਜ ਦੀ ਕਲਾਸ ਆਪਣੀ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਭਾਸ਼ਾ ਜਾਂ ਬੋਲੀ ਭਾਸ਼ਾ ਜਾਂ ਬੋਲੀ ਇੱਕ ਕੀ ਚੀਜ਼ ਹੈ ਕੁਝ ਕਿਤੇ ਆਪਾਂ ਭਾਸ਼ਾ ਬੋਲ ਦਿੰਨੇ ਆ ਕਿਤੇ ਆਪਾਂ ਬੋਲੀ ਬੋਲ ਦਿੰਨੇ ਆ ਤਾਂ ਉਹ ਕੀ ਹੈ ਤਾਂ ਕਹਿੰਦੇ ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋ ਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ ਜਿਹੜੇ ਭਾਸ਼ਾ ਹੈ ਜਾਂ ਬੋਲੀ ਉਹ ਇੱਕ ਸਾਧਨ ਸਾਧਨ ਹੈ ਆਪਣੇ ਕੋਲੇ ਜਿਸ ਦੇ ਨਾਲ ਆਪਾਂ ਆਪਣੇ ਜਿਹੜੇ ਆਪਣੇ ਮਨ ਦੇ ਭਾਵ ਹੁੰਦੇ ਆ ਜਾਂ ਆਪਣੇ ਮਨ ਦੇ ਵਿਚਾਰ ਹੁੰਦੇ ਆ ਉਹਨਾਂ ਨੂੰ ਆਪਾਂ ਦੂਸਰੇ ਦੇ ਨਾਲ ਸਾਂਝਾ ਕਰਦੇ ਆ ਉਹਨਾਂ ਨੂੰ ਦੂਸਰੇ ਦੇ ਨਾਲ ਸ਼ੇਅਰ ਕਰਦੇ ਆ ਦੱਸਦੇ ਆ ਭਾਵਾਂ ਨੂੰ ਪ੍ਰਗਟਾਉਣ ਲਈ ਭਾਸ਼ਾ ਹੀ ਸਭ ਤੋਂ ਸਫਲ ਸਾਧਨ ਹੈ ਜਿਹੜੇ ਆਪਾਂ ਆਪਣੇ ਭਾਵ ਹੈ ਮਨ ਦੇ ਉਹਨਾਂ ਨੂੰ ਕਿਸੇ ਦੇ ਸਾਹਮਣੇ ਪ੍ਰਗਟ ਕਰਨ ਲਈ ਜਾਂ ਕਿਸੇ ਦੇ ਸਾਹਮਣੇ ਦਰਸਾਉਣ ਦੇ ਲਈ ਕਿਸੇ ਨੂੰ ਦੱਸਣ ਦੇ ਲਈ ਇੱਕ ਭਾਸ਼ਾ ਹੀ ਸਭ ਤੋਂ ਵੱਧ ਸਫਲ ਸਾਧਨ ਹੈ ਭਾਸ਼ਾ ਦੇ ਥਰੂ ਹੀ ਮਤਲਬ ਭਾਸ਼ਾ ਹੋ ਗਿਆ ਜਾਂ ਤਾਂ ਆਪਾਂ ਬੋਲ ਕੇ ਦੱਸ ਸਕਦੇ ਹਾਂ ਜਾਂ ਲਿਖ ਕੇ ਦੱਸ ਸਕਦੇ ਹਾਂ ਠੀਕ ਹੈ ਤਾਂ ਉਹ ਕੀ ਹੋ ਗਿਆ ਕਿ ਉਹਦੇ ਨਾਲ ਹੀ ਆਪਾਂ ਜਿਹੜਾ ਸਭ ਤੋਂ ਸਹੀ ਤਰੀਕਾ ਉਹੀ ਆ ਕਿ ਆਪਾਂ ਆਪਣੇ ਜਿਹੜੇ ਮਨ ਦੇ ਭਾਵ ਹੈ ਉਹ ਕਿਸੇ ਦੂਸਰੇ ਬੰਦੇ ਨੂੰ ਸਮਝਾ ਸਕਦੇ ਹਾਂ ਜਾਂ ਦੱਸ ਸਕਦੇ ਹਾਂ ਅੱਗੇ ਆ ਗਿਆ ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਭਾਸ਼ਾ ਤੋਂ ਹੋਈ ਜਿਹੜਾ ਭਾਸ਼ਾ ਸ਼ਬਦ ਹੈ ਇਸ ਦੀ ਜਿਹੜੀ ਉਤਪਤੀ ਆਪਾਂ ਕਹਿ ਸਕਦੇ ਆ ਕਿ ਕਿੱਥੋਂ ਆਇਆ ਆਪਣੇ ਕੋਲੇ ਤਾਂ ਐਸ ਇਹ ਜਿਹੜਾ ਇਹ ਆਪਣੇ ਕੋਲੇ ਸੰਸਕ੍ਰਿਤ ਦਾ ਸ਼ਬਦ ਹੈ ਭਾਸ਼ਾ ਉਸ ਤੋਂ ਹੀ ਆਇਆ ਤੇ ਭਸ ਸ਼ਬਦ ਦੇ ਅਰਥ ਹਨ ਕਹਿਣਾ ਬੋਲਣਾ ਸੰਬੋਧਨ ਕਰਨਾ ਆਦਤ ਮਤਲਬ ਕਿਸੇ ਨੂੰ ਜਿਹੜਾ ਭਾਸ਼ਾ ਸ਼ਬਦ ਹੈ ਉਸ ਦਾ ਮਤਲਬ ਹੀ ਇਹ ਹੈ ਵੀ ਕਿਸੇ ਨੂੰ ਕੁਝ ਕਹਿਣਾ ਤੇ ਕਿਸੇ ਨੂੰ ਬੋਲਣਾ ਮਤਲਬ ਬੋਲ ਕੇ ਕੁਝ ਦੱਸਣਾ ਜਾਂ ਕਿਸੇ ਨੂੰ ਸੰਬੋਧਨ ਕਰਨਾ ਇਹ ਜਿਹੜੇ ਸਾਰੇ ਅਰਥ ਹਨ ਉਹ ਭਾਸ਼ਾ ਸ਼ਬਦ ਦੇ ਆ ਤਾਂ ਮੂਲ ਰੂਪ ਵਿੱਚ ਮਨੁੱਖੀ ਸੋਰੀ ਮੂਲ ਰੂਪ ਵਿੱਚ ਭਾਸ਼ਾ ਮਨੁੱਖੀ ਵਿਚਾਰਾਂ ਦੇ ਸੰਚਾਰ ਦਾ ਮਾਧਿਅਮ ਹੈ ਜਿਹੜਾ ਮਨੁੱਖੀ ਭਾਸ਼ਾ ਕੀ ਹੈ ਕਿ ਅਸਲ ਦੇ ਵਿੱਚ ਜਿਹੜਾ ਮੂਲ ਰੂਪ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਇੱਕ ਭਾਸ਼ਾ ਹੈ ਉਹ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਦੂਸਰੇ ਤੱਕ ਪਹੁੰਚਾਉਣ ਦਾ ਮਤਲਬ ਸੰਚਾਰ ਦਾ ਮਤਲਬ ਹੁੰਦਾ ਦੂਸਰੇ ਤੱਕ ਪਹੁੰਚਾਉਣ ਦਾ ਮਾਧਿਅਮ ਹੈ ਮਤਲਬ ਮੀਡੀਅਮ ਹੈ ਵਿਚਮੀਡੀਏਟਰ ਦਾ ਕੰਮ ਕਰਦੀ ਹੈ ਭਾਸ਼ਾ ਆਪਣੇ ਵਿਚਾਰਾਂ ਨੂੰ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਪਹੁੰਚਾਉਣ ਦੇ ਲਈ ਤਾਂ ਡਾਕਟਰ ਪ੍ਰੇਮ ਪ੍ਰਕਾਸ਼ ਅਨਸਾਰ ਭਾਸ਼ਾ ਮਨੁੱਖੀ ਸੰਗ ਵਿੱਚੋਂ ਉਚਰਤ ਧੁਨੀਆਂ ਦਾ ਸਮੂਹ ਹੈ ਜਦੋਂ ਆਪਾਂ ਬੋਲਦੇ ਆਂ ਤਾਂ ਆਪਣਾ ਸੰਗ ਮਤਲਬ ਗਲਾ ਉਸ ਦੇ ਵਿੱਚੋਂ ਜਿਹੜੀਆਂ ਧੁਨੀਆਂ ਨਿਕਲਦੀਆਂ ਉਹ ਧੁਨੀਆਂ ਆਪਾਂ ਬੋਲਦੇ ਆਂ ਉਚਰਤ ਹੁੰਦੀਆਂ ਧੁਨੀਆਂ ਨਿਕਲਦੀਆਂ ਉਹਨਾਂ ਦਾ ਕੀ ਹੈ ਸਮੂਹ ਹੈ ਅਸਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਭਾਸ਼ਾ ਜਿਹੜੀ ਆ ਉਹ ਮਨੁੱਖੀ ਸੰਗ ਦੇ ਵਿੱਚੋਂ ਜਿਹੜੀਆਂ ਧੁਨੀਆਂ ਉਚਰਤ ਹੁੰਦੀਆਂ ਉਹਨਾਂ ਦਾ ਇੱਕ ਸਮੂਹ ਵਾਏ ਉਹਨਾਂ ਨੇ ਇੱਕ ਕਹਿ ਲੋ ਕਿ ਭਾਸ਼ਾ ਦੀ ਡੈਫੀਨੀਸ਼ਨ ਦਿੱਤੀ ਹੈ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਨੇ ਠੀਕ ਹੈ ਜੀ ਤਾਂ ਇਹ ਸੀ ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਭਾਸ਼ਾ ਦੇ ਰੂਪ ਤਾਂ ਭਾਸ਼ਾ ਦੇ ਸਮੁੱਚੇ ਤੌਰ ਤੇ ਦੋ ਰੂਪ ਹਨ ਤਾਂ ਉਹ ਕਿਹੜੇ-ਕਿਹੜੇ ਆ ਜੀ ਨੰਬਰ 1 ਆਪਣੇ ਕੋਲੇ ਊੜਾ ਆ ਜਾਂਦਾ ਆਮ ਭਾਸ਼ਾ ਜਾਂ ਬੋਲ ਚਾਲ ਦੀ ਭਾਸ਼ਾ ਪਹਿਲਾ ਆਪਣੇ ਕੋਲ ਆ ਜਾਂਦਾ ਆਮ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ ਦੂਸਰੇ ਨੰਬਰ ਤੇ ਆਪਣੇ ਕੋਲ ਆ ਜਾਂਦਾ ਸਾਹਿਤਿਕ ਟਕਸਾਲੀ ਜਾਂ ਲਿਖਤੀ ਭਾਸ਼ਾ ਸਾਹਿਤਿਕ ਟਕਸਾਲੀ ਜਾਂ ਲਿਖਤੀ ਭਾਸ਼ਾ ਇਹ ਦੋ ਜਿਹੜੇ ਆ ਭਾਸ਼ਾ ਦੇ ਮੁੱਖ ਰੂਪ ਹੈ ਜਾਂ ਕਹਿ ਲਓ ਕਿ ਸਮੁੱਚੇ ਤੌਰ ਤੇ ਭਾਸ਼ਾ ਨੂੰ ਇਹਨਾਂ ਦੋ ਭਾਗਾਂ ਦੇ ਵਿੱਚ ਜਾਂ ਦੋ ਰੂਪਾਂ ਦੇ ਵਿੱਚ ਵੰਡਿਆ ਜਾਂਦਾ ਹੈ ਅੱਗੇ ਇੱਕ ਛੋਟਾ ਜਿਹਾ ਟੌਪਿਕ ਹੋਰ ਸੀ ਉਹ ਮੈਂ ਇਸ ਦੇ ਵਿੱਚ ਐਡ ਕੀਤਾ ਇੱਕ ਹੈ ਜੀ ਗੁੰਗੀ ਭਾਸ਼ਾ ਹੁਣ ਗੁੰਗੀ ਪਾਸ਼ਾ ਕੀ ਹੁੰਦੀ ਹੈ ਤੇ ਇਹ ਇੰਨਾ ਇੰਪੋਰਟੈਂਟ ਟੈਂਟ ਨਹੀਂ ਹੈ ਕਿਸੇ ਐਗਜ਼ਾਮ ਦੇ ਵਿੱਚ ਹੋ ਵੀ ਸਕਦਾ ਕਿਤੇ ਮਤਲਬ ਪਹਿਲਾਂ ਬਹੁਤ ਪਿੱਛੇ ਲਾਸਟ ਆਇਆ 15-20 ਸਾਲ ਕਿਸੇ ਐਗਜ਼ਾਮ ਦੇ ਵਿੱਚ ਇਹ ਪੇਪਰ ਕੁਐਸਚਨ ਹੈ ਜਿਹੜਾ ਕਿਤੇ ਆਇਆ ਹੋਵੇ ਪਰ ਮੈਨੂੰ ਇਹ ਟਾਪਿਕ ਅੱਛਾ ਲੱਗਾ ਕਿ ਆਪਾਂ ਨੂੰ ਜਿੰਨੀ ਕਹਿੰਦੇ ਆ ਨਾ ਕਿ ਐਜੂਕੇਸ਼ਨ ਜਿੰਨੀ ਤੁਸੀਂ ਜ਼ਿਆਦਾ ਲਓਗੇ ਉਨਾ ਹੀ ਉਹਦਾ ਬੈਨੀਫਿਟ ਹੈ ਉਹਦਾ ਕੋਈ ਨੁਕਸਾਨ ਨਹੀਂ ਇਸ ਕਰਕੇ ਮੈਨੂੰ ਇਹ ਸੀ ਕਿ ਜਿਹੜੀ ਕੋਈ ਨਵੀਂ ਚੀਜ਼ ਕੋਈ ਵੀ ਇਹ ਜੀ ਚੀਜ਼ ਨਾ ਹੋਵੇ ਜਿਹੜੀ ਕਿ ਮਿਸ ਹੋ ਜਵੇ ਤੇ ਕੱਲ ਨੂੰ ਇਹ ਨਾ ਲੱਗੇ ਕਿ ਹਾਂ ਆਹ ਚੀਜ਼ ਤਾਂ ਅਸੀਂ ਪੜੀ ਨਿਸ਼ੇਸ਼ ਕਰਕੇ ਇੱਕ ਛੋਟਾ ਜਿਹਾ ਟਾਪਿਕ ਮੈਂ ਵਿੱਚ ਐਡ ਕੀਤਾ ਇਸ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਧਿਆਨ ਨਾਲ ਦੇਖ ਦੇਣਾ ਦੇਖ ਲੈਣਾ ਕਿ ਗੁੰਗੀ ਪਾਸ਼ਾ ਕਿਸ ਨੂੰ ਕਿਹਾ ਜਾਂਦਾ ਸੀ ਤਾਂ ਕਹਿੰਦੇ ਇਸ ਤੋਂ ਇਲਾਵਾ ਪਾਸ਼ਾ ਦਾ ਪਹਿਲਾ ਰੂਪ ਗੁੰਗੀ ਪਾਸ਼ਾ ਸੀ ਜਿਹੜਾ ਪਾਸ਼ਾ ਦਾ ਸਭ ਤੋਂ ਪਹਿਲਾ ਰੂਪ ਆਪਣੇ ਕੋਲੇ ਆਇਆ ਸੀ ਉਹ ਗੁੰਗੀ ਪਾਸ਼ਾ ਸੀ ਮੁੱਢਲੇ ਰੂਪ ਵਿੱਚ ਮਨੁੱਖ ਜਦੋਂ ਆਪਣੇ ਖੁਸ਼ੀ ਗਮੀ ਦੇ ਹਾਵ ਭਾਵ ਦੂਸਰੇ ਨੂੰ ਦੱਸਣ ਲਈ ਨੱਚ ਕੇ ਟੱਪ ਕੇ ਸੈਂਤਾ ਨਾਲ ਦੱਸਦਾ ਸੀ ਜਦੋਂ ਭਾਸ਼ਾ ਵਿਕਸਿਤ ਨਹੀਂ ਹੋਈ ਸੀ ਕੋਈ ਲਿਖਣ ਦਾ ਕਿਸੇ ਨੂੰ ਨਹੀਂ ਪਤਾ ਸੀ ਪੜ੍ਹਨ ਦਾ ਕਿਸੇ ਨੂੰ ਨਹੀਂ ਪਤਾ ਸੀ ਤਾਂ ਸਿਰਫ ਜਦੋਂ ਮਤਲਬ ਬੋਲ ਕੇ ਵੀ ਬੋਲਣ ਦੇ ਵਿੱਚ ਵੀ ਪ੍ਰੋਪਰ ਵਰਡ ਨਹੀਂ ਹੈ ਸੀ ਆਪਣੇ ਕੋਲੇ ਤਾਂ ਉਸ ਟਾਈਮ ਜਦੋਂ ਸਟਾਰਟਿੰਗ ਹੋਈ ਸੀ ਬਹੁਤ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਭਾਸ਼ਾ ਦੀ ਉਤਪਤੀ ਤੋਂ ਪਹਿਲਾਂ ਜਦੋਂ ਮਨੁੱਖ ਸੀ ਉਹ ਕੀ ਕਰਦਾ ਸੀ ਕਿ ਆਪਣੇ ਜੇ ਉਹਨੂੰ ਖੁਸ਼ੀ ਹੁੰਦੀ ਸੀ ਜਾਂ ਉਹਨੂੰ ਦੁੱਖ ਹੁੰਦਾ ਸੀ ਤਾਂ ਉਹ ਜਿਹੜੇ ਆਪਣੇ ਹਾਵ ਭਾਵ ਸੀ ਉਹ ਦੂਸਰੇ ਨੂੰ ਦੱਸਣ ਲਈ ਨੱਚ ਕੇ ਜੇ ਖੁਸ਼ੀ ਹੁੰਦੀ ਸੀ ਤਾਂ ਨੱਚ ਟੱਪ ਕੇ ਜੇ ਗਮੀ ਹੁੰਦੀ ਸੀ ਤਾਂ ਉਸ ਤਰ੍ਹਾਂ ਰੋਣ ਦੇ ਮਤਲਬ ਉਹ ਸੈਂਤਾ ਨਾਲ ਜਾਨੀ ਕਿ ਇਸ਼ਾਰਿਆਂ ਨਾਲ ਦੂਸਰੇ ਨੂੰ ਦੱਸਦਾ ਸੀ ਠੀਕ ਹੈ ਤੇ ਮਨ ਦੇ ਭਾਵ ਪ੍ਰਗਟਾਉਣ ਲਈ ਉਸ ਦੇ ਸਰੀਰਕ ਅੰਗਾਂ ਦੇ ਇਸ਼ਾਰੇ ਸੰਪੂਰਨ ਭਾਸ਼ਾ ਦਾ ਰੂਪ ਨਹੀਂ ਸੰਦਿੰਦੇ ਜਦੋਂ ਕਿਸੇ ਦੇ ਮਨ ਦੇ ਭਾਵ ਉਹ ਆਪਣੇ ਮਨ ਦੇ ਭਾਵ ਇਸ਼ਾਰਿਆਂ ਨਾਲ ਪ੍ਰਗਟ ਕਰਦਾ ਸੀ ਕਿਸੇ ਦੂਸਰੇ ਦੇ ਸਾਹਮਣੇ ਤਾਂ ਉਹ ਜਿਵੇਂ ਆਪਾਂ ਨੂੰ ਭਾਸ਼ਾ ਦੇ ਥਰੂ ਪੂਰਾ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕੀ ਕਹਿਣਾ ਚਾਹੁੰਦਾ ਜਾਂ ਕੀ ਕਹਿ ਰਿਹਾ ਹੈ ਤਾਂ ਉਹ ਜਦੋਂ ਇਸ਼ਾਰਿਆਂ ਦੇ ਨਾਲ ਦਾਵਾ ਰੂਪ ਨਹੀਂ ਆਉਂਦਾ ਸੀ ਮਤਲਬ ਪੂਰੀ ਗੱਲ ਜਿਹੜੀ ਹੈ ਉਹਦੀ ਉਹ ਸਮਝ ਨਹੀਂ ਆਉਂਦੀ ਸੀ ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਸੀ ਗੁੰਗੀ ਭਾਸ਼ਾ ਕਿਹਾ ਜਾਂਦਾ ਸੀ ਕਿਉਂਕਿ ਉਹ ਇਸ਼ਾਰਿਆਂ ਨਾਲ ਦੱਸੀ ਜਾਂਦੀ ਸੀ ਉਹਦੇ ਵਿੱਚ ਕੋਈ ਬੋਲ ਕੇ ਜਾਂ ਲਿਖ ਕੇ ਨਹੀਂ ਦੱਸਿਆ ਜਾਂਦਾ ਸੀ ਉਹ ਇਸ਼ਾਰਿਆਂ ਦੇ ਨਾਲ ਸਮਝਾਈ ਜਾਂਦੀ ਸੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਆਪਣੇ ਕੋਲ ਜਿਹੜੇ ਪਸ਼ੂ ਪੰਛੀ ਐ ਉਹ ਇੱਕ ਦੂਜੇ ਨੂੰ ਆਪਣੀ ਭਾਸ਼ਾ ਸਮਝਾਉਂਦੇ ਆ ਤਾਂ ਉਹ ਇਸ਼ਾਰਿਆਂ ਦੇ ਨਾਲ ਜਿਵੇਂ ਕਹਿ ਸਕਦੇ ਆਪਾਂ ਸਮਝਾਉਂਦੇ ਆ ਉਹ ਬੋਲ ਨਹੀਂ ਸਕਦੇ ਉਹ ਪੜ ਨਹੀਂ ਸਕਦੇ ਉਹ ਲਿਖ ਨਹੀਂ ਸਕਦੇ ਤਾਂ ਉਹ ਜਿਹੜੀ ਭਾਸ਼ਾ ਐ ਉਹ ਇੱਕ ਤਰ੍ਹਾਂ ਦੀ ਗੁੰੰਗੀ ਭਾਸ਼ਾ ਐ ਔਰ ਪੈਰਲੋਪੈਲ ਜਦੋਂ ਮਨੁੱਖ ਦੀ ਭਾਸ਼ਾ ਦੀ ਉਤਪਤੀ ਤੋਂ ਪਹਿਲਾਂ ਜਦੋਂ ਮਨੁੱਖ ਵੀ ਕਿਸੇ ਨੂੰ ਆਪਦੇ ਹਾਵ ਭਾਵ ਦੱਸਦਾ ਸੀ ਤਾਂ ਉਹ ਵੀ ਇਸੇ ਭਾਸ਼ਾ ਦਾ ਹੀ ਯੂਜ਼ ਕਰਦਾ ਸੀ ਇਸੇ ਭਾਸ਼ਾ ਦੀ ਵਰਤੋਂ ਕਰਦਾ ਸੀ ਇਸ ਕਰਕੇ ਇਸ ਨੂੰ ਗੁੰੰਗੀ ਭਾਸ਼ਾ ਕਿਹਾ ਜਾਂਦਾ ਸੀ ਠੀਕ ਹੈ ਜੀ ਚਲੋ ਜੀ ਅੱਗੇ ਆਪਾਂ ਚੱਲਦੇ ਹਾਂ ਹੁਣ ਆਪਣਾ ਅੱਜ ਦਾ ਜਿਹੜੀ ਭਾਸ਼ਾ ਦਾ ਪਹਿਲਾ ਰੂਪ ਹੈ ਆਪਾਂ ਉਹ ਕਰਦੇ ਹਾਂ ਆਮ ਬੋਲ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ ਕੀ ਹੁੰਦੀ ਹੈ ਤਾਂ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਆਮ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ ਜਿਵੇਂ ਹੁਣ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਨਾਰਮਲੀ ਬੈਠੇ ਹੋਏ ਤਾਂ ਉਹ ਜਿਹੜੀ ਭਾਸ਼ਾ ਆਪਾਂ ਵਰਤ ਰਹੇ ਹਾਂ ਉਸ ਨੂੰ ਆਪਾਂ ਕੀ ਕਹਿੰਨੇ ਆ ਆਮ ਬੋਲਚਾਲ ਦੀ ਭਾਸ਼ਾ ਕਹਿੰਨੇ ਆ ਆਮ ਭਾਸ਼ਾ ਜਾਂ ਆਮ ਬੋਲਚਾਲ ਦੀ ਭਾਸ਼ਾ ਕਿ ਆਪਾਂ ਨਾਰਮਲੀ ਕਿਸੇ ਨਾਲ ਜਦੋਂ ਗੱਲ ਕਰਦੇ ਹਾਂ ਤਾਂ ਆਪਾਂ ਉਹਦੇ ਵਿੱਚ ਕੋਈ ਜਿਵੇਂ ਕਹਨੋ ਕਿ ਕੋਈ ਰੂਲ ਰੈਗੂਲੇਸ਼ਨ ਦਾ ਧਿਆਨ ਨਹੀਂ ਰੱਖਦੇ ਜੋ ਆਪਾਂ ਬੋਲਦੇ ਆ ਉਹ ਆਪਾਂ ਉਸੇ ਤਰ੍ਹਾਂ ਬੋਲਦੇ ਜਿਵੇਂ ਆਪਾਂ ਘਰੇ ਨਾਰਮਲੀ ਬੋਲਦੇ ਆ ਆਮ ਗੱਲਬਾਤ ਕਰਨ ਸਮੇ ਜਿਹੜੀ ਭਾਸ਼ਾ ਵਰਤਦੇ ਆ ਉਸ ਨੂੰ ਆਪਾਂ ਆਮ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ ਕਹਿੰਦੇ ਆ ਇਸ ਦਾ ਉਪਯੋਗ ਕਰਾਂ ਬਾਜ਼ਾਰਾਂ ਸੱਭਿਆਚਾਰਕ ਇਕੱਠਾ ਮੇਲਿਆਂ ਆਦ ਵਿੱਚ ਵਧੇਰੇ ਕੀਤਾ ਜਾਂਦਾ ਹੈ ਜਿਵੇਂ ਤੋਂ ਸੱਭਿਆਚਾਰਕ ਇਕੱਠ ਹੁੰਦੇ ਆ ਘਰਾਂ ਦੇ ਵਿੱਚ ਆਪਾਂ ਆਮ ਬੋਲਦੇ ਆ ਬਾਜ਼ਾਰਾਂ ਦੇ ਵਿੱਚ ਬੋਲਦੇ ਆ ਇਹ ਸਹੀ ਜਿਹੜੀ ਭਾਸ਼ਾ ਹੈ ਉਹ ਕਿਹੜੀ ਭਾਸ਼ਾ ਆਪਾਂ ਬੋਲਦੇ ਆ ਆਮ ਭਾਸ਼ਾ ਚ ਬੋਲਚਾਲ ਦੀ ਭਾਸ਼ਾ ਬੋਲਚਾਲ ਦੀ ਭਾਸ਼ਾ ਵਿਆਕਰਨ ਦੇ ਨੀਮਾਂ ਤੋਂ ਆਜ਼ਾਦ ਹੁੰਦੀ ਹੈ ਇਹ ਜਿਹੜੀ ਭਾਸ਼ਾ ਹੈ ਇਸ ਦੇ ਵਿੱਚ ਕੋਈ ਨਿਯਮ ਨਹੀਂ ਵਿਆਕਰਨ ਦੇ ਨਿਯਮ ਨਹੀਂ ਲਾਗੂ ਹੁੰਦੇ ਇਹ ਇਨ੍ਹਾਂ ਨੀਮਾਂ ਤੋਂ ਆਜ਼ਾਦ ਹੁੰਦੀ ਹੈ ਇਹ ਇੱਕ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਹੋ ਸਕਦੀ ਹੈ ਜਿਹੜੀ ਬੋਲਚਾਲ ਦੀ ਭਾਸ਼ਾ ਹੈ ਉਹ ਇੱਕ ਦੇਸ਼ ਦੇ ਮਤਲਬ ਇੱਕ ਹੀ ਪ੍ਰਦੇਸ਼ ਦੇ ਵਿੱਚ ਉਸ ਦੇ ਵੱਖ-ਵੱਖ ਜਿਹੜੇ ਖੇਤਰ ਆ ਉਹਨਾਂ ਦੇ ਵਿੱਚ ਵੱਖ-ਵੱਖ ਹੋ ਸਕਦੀ ਹੈ ਖੇਤਰ ਦੇ ਹਿਸਾਬ ਨਾਲ ਜਿਹੜੀ ਇਹ ਭਾਸ਼ਾ ਹੈ ਉਹ ਬਦਲ ਸਕਦੀ ਹੈ ਠੀਕ ਹੈ ਜੀ ਚਲੋ ਅੱਗੇ ਚੱਲਦੇ ਹਾਂ ਜੀ ਅੱਗੇ ਨੈਕਸਟ ਸਟਾਪ ਆ ਜਾਂਦਾ ਆਪਣੇ ਕੋਲੇ ਸਾਹਿਤਿਕ ਟਕਸਾਲੀ ਜਾਂ ਲਿਖਤੀ ਭਾਸ਼ਾ ਸਾਹਿਤਿਕ ਟਕਸਾਲੀ ਜਾਂ ਲਿਖਤੀ ਭਾਸ਼ਾ ਬੋਲ ਚਾਲ ਦੀ ਭਾਸ਼ਾ ਨਾਲੋਂ ਇਹ ਭਾਸ਼ਾ ਵਿਆਕਰਨ ਦੇ ਨੀਮਾਂ ਵਿੱਚ ਬੱਜੀ ਹੁੰਦੀ ਹੈ ਜਿਹੜੀ ਬੋਲ ਚੱਲਦੀ ਭਾਸ਼ਾ ਉਸ ਦੇ ਵਿੱਚ ਕੋਈ ਵਿਆਕਰਨ ਦੇ ਨਿਯਮ ਲਾਗੂ ਨਹੀਂ ਹੁੰਦੇ ਪਰ ਜਿਹੜੀ ਇਹ ਵਾਲੀ ਭਾਸ਼ਾ ਹੈ ਸਾਹਿਤਿਕ ਟਕਸਾਲੀ ਜਾਂ ਲਿਖਤੀ ਇਸ ਜਿਹੜੀ ਇਹ ਭਾਸ਼ਾ ਹੈ ਇਸ ਦੇ ਵਿੱਚ ਵਿਆਕਰਨ ਦੇ ਨਿਯਮ ਲਾਗੂ ਹੁੰਦੇ ਆ ਇਹ ਉਹਨਾਂ ਨੀਮਾਂ ਦੇ ਵਿੱਚ ਵੱਜੀ ਹੁੰਦੀ ਹੈ ਇਸ ਵਿੱਚ ਟੁਕਵੇਂ ਸ਼ਬਦ ਅਤੇ ਵਿਸ਼ਰਾਮ ਚਿੰਨਾਂ ਦਾ ਧਿਆਨ ਰੱਖਿਆ ਜਾਂਦਾ ਜਦੋਂ ਆਪਾਂ ਇਹ ਭਾਸ਼ਾ ਯੂਜ਼ ਕਰਦੇ ਆ ਤਾਂ ਇਸ ਦੇ ਵਿੱਚ ਆਪਾਂ ਨੂੰ ਜਿਹੜੇ ਵਿਸ਼ਰਾਮ ਚਿੰਨਾਂ ਕਿ ਡੰਡੀ ਕਿੱਥੇ ਲੱਗਣੀ ਆ ਕਾਮਾ ਕਿੱਥੇ ਲੱਗਣਾ ਠੀਕ ਹੈ ਇਨਵਾਈਟਡ ਕਮੇ ਕਿੱਥੇ ਸਟਾਰਟ ਕਰਨੇ ਆ ਜਾਂ ਕਿਹੜੀ ਜਗ੍ਹਾ ਤੇ ਕਿਹੜਾ ਸ਼ਬਦ ਮਤਲਬ ਸਹੀ ਸ਼ਬਦ ਦਾ ਜਿਹੜੇ ਟੁਕਵੇਂ ਸ਼ਬਦ ਦਾ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਇਹ ਸਾਰੇ ਪ੍ਰਦੇਸ਼ ਦੀ ਸਾਂਝੀ ਬੋਲੀ ਮੰਨੀ ਜਾਂਦੀ ਹੈ ਕਿਉਂਕਿ ਇਹ ਸਹਾਇਤ ਲਿਖਣ ਵਿੱਚ ਵਰਤੀ ਜਾਂਦੀ ਹੈ ਸਹਾਇਤਿਕ ਬੋਲੀ ਆ ਤਾਂ ਇਹ ਜਿਹੜੀ ਹੈ ਇਹ ਸਾਰੇ ਜਿਹੜੇ ਰਾਜ ਕਹਿ ਲਓ ਇੱਕ ਜਾਂ ਇੱਕ ਖੇਤਰ ਕਹਿ ਲਓ ਜਿਵੇਂ ਇੱਕ ਕੰਟਰੀ ਕਹਿ ਲਓ ਇੱਕ ਰਾਜ ਕਹਿ ਲਓ ਇੱਕ ਪ੍ਰਦੇਸ਼ ਕਹਿ ਲਓ ਉਸ ਦੀ ਸਾਂਝੀ ਬੋਲੀ ਮੰਨੀ ਜਾਂਦੀ ਹੈ ਅਤੇ ਸਾਹਿਤ ਦੀ ਰਚਨਾ ਵੀ ਇਸੇ ਬੋਲੀ ਵਿੱਚ ਕੀਤੀ ਜਾਂਦੀ ਹੈ ਜਿਹੜੀ ਸਾਹਿਤਿਕ ਬੋਲੀ ਜਾਂ ਟਕਸਾਲੀ ਬੋਲੀ ਹੈ ਜਿਹੜਾ ਆਪਾਂ ਆਪਣਾ ਸਾਹਿਤ ਲਿਖਦੇ ਆ ਆਪਣੇ ਸਾਹਿਤਕਾਰ ਜਾਂ ਨਾਵਲਕਾਰ ਜਾਂ ਕਵੀਕਾਰ ਜਿਹੜੇ ਆਪਣੇ ਕਵਤਾਵਾਂ ਲਿਖਦੇ ਆ ਨਾਟਕ ਸਾਹਿਤ ਲਿਖਦੇ ਆ ਉਹ ਸਾਰੇ ਜਿਹੜੇ ਆ ਉਹ ਇਸੇ ਬੋਲੀ ਦੇ ਵਿੱਚ ਲਿਖਦੇ ਆ ਤਾਂਕਰ ਤਾਂ ਕਿ ਇਹ ਜਿਹੜੀ ਹੈ ਇਸ ਦੇ ਜਿਹੜੇ ਰੂਲ ਰੈਗੂਲੇਸ਼ਨ ਆ ਉਸ ਦੇ ਵਿੱਚ ਉਹ ਰਹਿ ਕੇ ਲਿਖਿਆ ਜਾਵੇ ਤਾਂ ਸਾਹਿਤ ਦੀ ਰਚਨਾ ਵੀ ਇਸੇ ਬੋਲੀ ਵਿੱਚ ਕੀਤੀ ਜਾਂਦੀ ਹੈ ਤੋਂ ਜਿਹੜੀ ਪੰਜਾਬ ਦੀ ਸਾਹਿਤਿਕ ਬੋਲੀ ਹੈ ਉਹ ਮਾਝੀ ਬੋਲੀ ਮੰਨੀ ਗਈ ਹੈ ਜਿਹੜੀ ਮਾਝੀ ਬੋਲੀ ਹੈ ਮਾਝੀ ਪੰਜਾਬੀ ਦੀ ਇੱਕ ਉਪ ਬੋਲੀ ਹੈ ਤੇ ਉਹ ਜਿਹੜੀ ਹੈ ਉਹ ਪੰਜਾਬ ਦੀ ਸਾਹਿਤਿਕ ਬੋਲੀ ਮੰਨੀ ਗਈ ਹੈ ਤੇ ਜਿਹੜੀ ਹੈ ਸਾਹਿਤਿਕ ਜਾਂ ਟਕਸਾਲੀ ਬੋਲੀ ਇਸ ਨੂੰ ਹੋਰ ਕੀ ਕਿਹਾ ਜਾਂਦਾ ਹੈ ਇਸ ਨੂੰ ਮਿਆਰੀ ਬੋਲੀ ਵੀ ਕਿਹਾ ਜਾਂਦਾ ਹੈ ਮਿਆਰੀ ਬੋਲੀ ਵੀ ਇਸੇ ਦਾ ਹੀ ਕਹਿ ਲੋ ਕਿ ਇੱਕ ਹੋਰ ਨਾਮ ਹੈ ਟਕਸਾਲੀ ਸਾਹਿਤਿਕ ਜਾਂ ਲਿਖਤੀ ਸੌਰੀ ਲਿਖਤੀ ਬੋਲੀ ਆ ਉਸ ਨੂੰ ਮਿਆਰੀ ਬੋਲੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਇਹ ਸੀ ਆਪਣੇ ਕੋਲੇ ਭਾਸ਼ਾ ਦੇ ਦੋ ਮੁੱਢਲੇ ਰੂਪ ਜਾਂ ਸਮੁੱਚੇ ਰੂਪ ਅੱਗੇ ਨੈਕਸਟ ਆ ਜਾਂਦਾ ਆਪਣੇ ਕੋਲੇ ਮਾਤ ਭਾਸ਼ਾ ਹੁਣ ਮਾਤ ਭਾਸ਼ਾ ਕੀ ਹੁੰਦੀ ਹੈ ਆਪਾਂ ਬੋਲ ਦਿੰਨੇ ਆ ਵੈਸੇ ਹੀ ਆਪਾਂ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਜਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਆਪਾਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਇਹਦਾ ਮੀਨਿੰਗ ਕੀ ਹੈ ਅਸੀਂ ਜੇ ਆਪਾਂ ਨੂੰ ਕੋਈ ਪੁੱਛ ਲੈ ਕੇ ਹਾਂਜੀ ਪੰਜਾਬੀ ਤੁਹਾਡੀ ਤੁਸੀਂ ਕਹਿੰਦੇ ਹੋ ਪੰਜਾਬੀ ਤੁਹਾਡੀ ਮਾਂ ਬੋਲੀ ਆ ਜਾਂ ਮਾਤ ਭਾਸ਼ਾ ਤਾਂ ਇਸ ਦਾ ਮਤਲਬ ਕੀ ਹੁੰਦਾ ਤਾਂ ਇਸ ਲਈ ਆਪਾਂ ਨੂੰ ਇਹ ਚੀਜ਼ਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਬੇਸਿਕ ਚੀਜ਼ਾਂ ਹੈ ਜਿਹੜੀਆਂ ਆਪਾਂ ਬੋਲਣ ਦੇ ਵਿੱਚ ਤਾਂ ਬਹੁਤ ਯੂਜ਼ ਕਰਦੇ ਆ ਪਰ ਐਕਚੁਅਲ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਇਹਨਾਂ ਦੇ मीनिंग ਹੈ ਜਿਹੜੇ ਉਹ ਪਤਾ ਨਹੀਂ ਹੁੰਦੇ ਇਸ ਕਰਕੇ ਆਪਾਂ ਨੂੰ ਇਹ ਚੀਜ਼ਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਤਾਂ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ ਜਾਂ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੀ ਮਾਤ ਭਾਸ਼ਾ ਹੈ ਜਾਂ ਮਾਂ ਬੋਲੀ ਉਹ ਆਪਾਂ ਜਨਮ ਤੋਂ ਹੀ ਸਿੱਖਦੇ ਹਾਂ ਉਹ ਆਪਾਂ ਨੂੰ ਕਿਸੇ ਵੱਖਰੇ ਉਹਨੂੰ ਸਿੱਖਣ ਲਈ ਆਪਾਂ ਨੂੰ ਕਿਸੇ ਵੱਖਰੀ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਕਿ ਕਿਸੇ ਬੁੱਕ ਦੀ ਲੋੜ ਕਹਿ ਲੋ ਜਾਂ ਕਿਸੇ ਸਕੂਲ ਵਿੱਚ ਜਾਣ ਦੀ ਲੋੜ ਕਹਿ ਲੋ ਤਾਂ ਮਾਤ ਭਾਸ਼ਾ ਨੂੰ ਸਿੱਖਣ ਲਈ ਆਪਾਂ ਨੂੰ ਕਿਸੇ ਸਕੂਲ ਜਾਂ ਕਿਸੇ ਕਿਤਾਬ ਪੜਨ ਦੀ ਲੋੜ ਨਹੀਂ ਪੈਂਦੀ ਉਹ ਆਪਾਂ ਆਪਣੇ ਜਨਮ ਤੋਂ ਹੀ ਸਿੱਖਦੇ ਹਾਂ ਇਸ ਨੂੰ ਸਿੱਖਣ ਲਈ ਮਨੁੱਖ ਨੂੰ ਕਿਸੇ ਕਿਤਾਬ ਦੀ ਲੋੜ ਨਹੀਂ ਪੈਂਦੀ ਸਗੋਂ ਆਪਣੇ ਆਲੇ-ਦੁਆਲੇ ਦੇਖ ਕੇ ਹੀ ਉਹ ਇਸ ਨੂੰ ਸਿੱਖ ਸਕਦਾ ਹੈ ਜਿਵੇਂ ਹੁਣ ਆਪਾਂ ਪੰਜਾਬ 'ਚ ਰਹਿੰਦੇ ਆ ਪੰਜਾਬੀ ਪੰਜਾਬੀ ਜਿਹੜੀ ਬੋਲੀ ਆ ਉਹ ਆਪਣੀ ਮਾਤ ਭਾਸ਼ਾ ਆਪਾਂ ਆਪਣੇ ਆਲੇ-ਦੁਆਲੇ ਦੇਖਦੇ ਆ ਕਿ ਆਪਣਾ এনवायरमेंट ਆਪਣਾ ਵਾਤਾਵਰਣ ਉਹ ਜਾਂ ਕਿ ਸਾਰੇ ਪੰਜਾਬੀ ਬੋਲਦੇ ਆ ਉਹ ਕਿਸ ਤਰ੍ਹਾਂ ਬੋਲਦੇ ਆ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹ ਪਰ ਜੋ ਘਰ ਦੇ ਵਿੱਚ ਬੋਲੀ ਬੋਲੀ ਜਾਂਦੀ ਆ ਉਹੀ ਹੀ ਸਿੱਖਦਾ ਬਿਨਾਂ ਕਿਸੇ ਸਕੂਲ ਜਾਣ ਤੋਂ ਬਿਨਾਂ ਕਿਸੇ ਕਿਤਾਬ ਪੜ੍ਹਨ ਤੋਂ ਪਹਿਲਾਂ ਜਿਹੜੀ ਉਹਦੇ ਘਰ ਦੇ ਵਿੱਚ ਜਾਂ ਉਹ ਆਲੇ-ਦੁਆਲੇ ਦੇਖਦਾ ਉਹੀ ਬੋਲੀ ਸਿੱਖਦਾ ਹੈ ਤਾਂ ਉਹ ਉਸ ਦੀ ਕੀ ਹੁੰਦੀ ਹੈ ਮਾਤ ਭਾਸ਼ਾ ਹੁੰਦੀ ਹੈ ਅਸਲ ਵਿੱਚ ਮਾਤ ਭਾਸ਼ਾ ਮਨੁੱਖ ਦੀ ਪਛਾਣ ਹੈ ਅਸਲ ਦੇ ਵਿੱਚ ਜਿਹੜੀ ਮਾਤ ਭਾਸ਼ਾ ਹੈ ਉਹੀ ਆਪਣੀ ਪਛਾਣ ਆਪਾਂ ਨੂੰ ਉਸੇ ਮਾਤ ਭਾਸ਼ਾ ਤੋਂ ਹੀ ਪਛਾਣਿਆ ਜਾਂਦਾ ਹੈ ਕਿ ਇਹ ਬੰਦਾ ਕਿੱਥੋਂ ਬਿਲੋਂਗ ਕਰਦਾ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਆਪਾਂ ਕਿਸੇ ਦੀ ਮਾਤ ਭਾਸ਼ਾ ਦੇਖ ਕੇ ਕਹਿ ਸਕਦੇ ਆ ਜਿਵੇਂ ਹੁਣ ਆਪਾਂ ਮੰਨ ਲਓ ਪੰਜਾਬ ਤੋਂ ਬਾਹਰ ਕਿਤੇ ਜਾਂਦੇ ਜਦੋਂ ਜਾ ਕੇ ਉੱਥੇ ਆਪਾਂ ਪੰਜਾਬੀ ਬੋਲਦੇ ਆਂ ਤਬ ਦੂਸਰਾ ਸਾਹਮਣੇ ਵਾਲਾ ਜਿਹੜਾ ਬੰਦਾ ਹੈ ਕਿਸੇ ਹੋਰ ਸਟੇਟ ਦਾ ਹੈ ਉਹ ਇਹ ਉਹਨੂੰ ਇਹ ਪਤਾ ਲੱਗ ਜਾਂਦਾ ਕਿ ਹਾਂਜੀ ਇਹ ਲੋਕ ਆ ਜਿਹੜੇ ਇਹ ਪੰਜਾਬ ਤੋਂ ਆਏ ਹੋਏ ਆ ਕਿਉਂਕਿ ਆਪਾਂ ਆਪਣੀ ਮਾਤ ਭਾਸ਼ਾ ਦੇ ਨਾਲ ਆਪਣੀ ਪਛਾਣ ਬਣਾਉਣੀ ਆ ਅਸਲ ਦੇ ਵਿੱਚ ਇਹੀ ਮਾਤ ਭਾਸ਼ਾ ਆਪਣੀ ਪਹਿਚਾਨ ਹੈ ਬਾਕੀ ਸਿੱਖਣ ਨੂੰ ਆਪਾਂ ਬਹੁਤ ਸਾਰੀਆਂ ਬੋਲੀਆਂ ਬਹੁਤ ਸਾਰੀਆਂ ਲੈਂਗੁਏਜਸ ਸਿੱਖ ਸਕਦੇ ਆ ਪਰ ਜਿਹੜੀ ਆਪਣੀ ਅਸਲ ਪਹਿਚਾਨ ਮੰਨੀ ਗਈ ਹੈ ਮਨੁੱਖ ਦੀ ਉਹ ਮਾਤ ਭਾਸ਼ਾ ਹੀ ਮੰਨੀ ਗਈ ਹੈ ਮਾਤ ਭਾਸ਼ਾ ਹੀ ਬੱਚੇ ਨੂੰ ਆਪਣੇ ਘਰ ਪਰਿਵਾਰ ਭਾਈਚਾਰੇ ਅਤੇ ਮੁਲਕ ਕੌਮ ਨਾਲ ਜੋੜਦੀ ਹੈ ਮਾਤ ਭਾਸ਼ਾ ਹੀ ਜਦੋਂ ਇੱਕ ਬੱਚਾ ਛੋਟਾ ਹੁੰਦਾ ਤਾਂ ਉਸ ਨੂੰ ਉਸ ਦੀ ਫੈਮਿਲੀ ਨਾਲ ਘਰ ਨਾਲ ਬਾਹਰ ਵਾਲੇ ਦੁਆਲੇ ਨਾਲ ਭਾਈਚਾਰੇ ਨਾਲ ਉਸ ਨਾਲ ਉਸ ਕੰਟਰੀ ਦੇ ਨਾਲ ਮੁਲਕ ਦੇ ਨਾਲ ਜਾਂ ਉਸ ਕੌਮ ਦੇ ਨਾਲ ਹੈ ਜਿਹੜੀ ਉਹ ਮਾਤ ਭਾਸ਼ਾ ਹੀ ਹੁੰਦੀ ਹੈ ਜਿਹੜੀ ਉਸ ਬੱਚੇ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੋੜ ਕੇ ਰੱਖਦੀ ਹੈ ਤਾਂ ਇੱਕ ਇਹ ਵੀ ਇੱਕ ਬਹੁਤ ਇੰਪੋਰਟੈਂਟ ਤੇ ਛੋਟਾ ਜਿਹਾ ਟਾਪਿਕ ਸੀ ਕਿ ਮਾਤ ਭਾਸ਼ਾ ਕੀ ਹੁੰਦੀ ਹੈ ਇਸ ਲਈ ਮੈਂ ਇਸ ਨੂੰ ਇੱਥੇ ਇਨਕਲੂਡ ਕੀਤਾ ਤਾਂ ਕਿ ਐਗਜ਼ਾਮ ਦੇ ਵਿੱਚ ਵੀ ਕਈ ਜਗ੍ਹਾ ਤੇ ਇਹ ਕੁਐਸਚਨ ਪੁੱਛਿਆ ਗਿਆ ਕਿ ਮਾਤ ਭਾਸ਼ਾ ਕੀ ਹੁੰਦੀ ਹੈ ਅੱਗੇ ਚੱਲਦੇ ਆਪਾਂ ਅੱਗੇ ਆਪਣੇ ਕੋਲੇ ਆ ਗਿਆ ਜੀ ਉਪਭਾਸ਼ਾ ਜਾਂ ਉਪ ਬੋਲੀ ਉਪਭਾਸ਼ਾ ਜਾਂ ਉਪ ਬੋਲੀ ਕਿਸ ਨੂੰ ਕਹਿੰਦੇ ਆ ਕਿ ਕਿਸੇ ਵੀ ਭਾਸ਼ਾ ਜਾਂ ਬੋਲੀ ਦੇ ਬੋਲਚਾਲ ਦੇ ਸਥਾਨਕ ਜਾਂ ਇਲਾਕਾਈ ਰੂਪ ਨੂੰ ਉਪਭਾਸ਼ਾ ਜਾਂ ਉਪ ਬੋਲੀ ਆਖਿਆ ਜਾਂਦਾ ਹੈ ਜਿਹੜੀ ਭਾਸ਼ਾ ਹੈ ਉਸ ਦੇ ਬੋਲਚਾਲ ਦੇ ਜਿਹੜੇ ਸਥਾਨਕ ਜਾਂ ਇਲਾਕੇ ਦੇ ਰੂਪ ਹੈ ਵੱਖ-ਵੱਖ ਇਲਾਕੇ ਆ ਉਸ ਦੇ ਵਿੱਚ ਜਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਜਾ ਭਾਸ਼ਾ ਬੋਲੀ ਜਾਂਦੀ ਹੈ ਉਸ ਨੂੰ ਆਪਾਂ ਉਪ ਬੋਲੀ ਜਾਂ ਉਪ ਭਾਸ਼ਾ ਕਹਿੰਦੇ ਆ ਉਪ ਬੋਲੀ ਬੋਲ ਚਾਲਦੀ ਭਾਸ਼ਾ ਦੇ ਵੱਖ-ਵੱਖ ਰੂਪ ਹਨ ਜਿਹੜੀ ਉਪ ਬੋਲੀ ਆ ਉਹ ਜਿਹੜੀ ਆਪਣੀ ਬੋਲ ਚਾਲਦੀ ਲਿਖਤੀ ਦੀ ਨਹੀਂ ਟਕਸਾਲੀ ਦੀ ਨਹੀਂ ਜਿਹੜੀ ਆਪਾਂ ਬੋਲ ਚਾਲਦੀ ਜਿਹੜੀ ਆਪਣੀ ਆਮ ਬੋਲੀ ਆ ਉਸ ਦੇ ਵੱਖ-ਵੱਖ ਰੂਪ ਹੈ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੀਆਂ ਆਪਣੀਆਂ ਉਪ ਬੋਲੀਆਂ ਆ ਪੰਜਾਬੀ ਦੀਆਂ ਉਹ ਆਪਣੀਆਂ ਜਿਹੜੀਆਂ ਉਹ ਟਕਸਾਲੀ ਬੋਲੀ ਨਹੀਂ ਸਗੋਂ ਆਮ ਬੋਲ ਚਾਲਦੀ ਭਾਸ਼ਾ ਦੇ ਵੱਖ-ਵੱਖ ਰੂਪ ਹਨ ਇਹ ਬੋਲੀਆਂ ਪੰਗੋਲਕ ਪਗੋਲਕ ਆਰਥਿਕ ਸਮਾਜਿਕ ਹਾਲਾਤ ਮੁਤਾਬਕ ਮਨੁੱਖੀ ਵਿੰਨਤਾ ਤੇ ਗਵਾਂਡੀ ਬੋਲੀਆਂ ਦੇ ਪ੍ਰਭਾਵ ਕਾਰਨ ਹੋਂਦ ਵਿੱਚ ਆਉਂਦੀਆਂ ਹਨ ਇਹ ਜਿਹੜੀਆਂ ਉਪ ਬੋਲੀਆਂ ਇਹਨਾਂ ਦਾ ਇਹ ਬਣਦੀਆਂ ਕਿਵੇਂ ਕਹਿ ਲਓ ਕਿ ਹੋਂਦ ਵਿੱਚ ਕਿਵੇਂ ਆਉਂਦੀਆਂ ਇਸ ਦੇ ਨਾਲ ਆਪਣਾ ਕੋਈ ਮਤਲਬ ਕਹਿ ਲਓ ਕਿ ਜੀਓਗ੍ਰਾਫੀਕਲ ਜਿਹੜਾ ਹੈ ਉਹ ਚੇਂਜ ਹੋ ਗਿਆ ਠੀਕ ਹੈ ਇਕਨੋਮਿਕਲੀ ਆਰਥਿਕ ਚੇਂਜ ਹੋ ਗਿਆ ਸਮਾਜਿਕ ਹਾਲਾਤ ਕੁਝ ਇਸ ਤਰ੍ਹਾਂ ਦੇ ਚੇਂਜ ਹੋ ਗਏ ਉਦੇ ਹਿਸਾਬ ਨਾਲ ਜਿਵੇਂ ਆਪਾਂ ਮਨੁੱਖ ਦੀ ਵਿੱਚ ਭਿੰਨਤਾ ਆਉਂਦੀ ਹੈ ਜਾਂ ਕਈ ਵਾਰੀ ਕੋਈ ਗਵਾਂਡੀ ਬੋਲੀ ਆ ਉਸ ਦਾ ਅਸਰ ਇਸ ਤੇ ਆ ਜਾਂਦਾ ਹੈ ਤਾਂ ਉਹਨਾਂ ਦੇ ਕਰਕੇ ਇਹ ਜਿਹੜੀ ਬੋਲੀ ਆ ਉਹ ਹੋਣ ਦੇ ਵਿੱਚ ਆਉਂਦੀ ਹੈ ਜਿਵੇਂ ਤੁਸੀਂ ਪੰਜਾਬ ਵਿੱਚ ਦੇਖ ਲਓ ਮਾਝੇ ਦੇ ਖੇਤਰ ਵਿੱਚ ਹੋਰ ਬੋਲੀ ਬੋਲੀ ਜਾਂਦੀ ਹੈ ਮਾਲਵੇ ਦੇ ਖੇਤਰ ਵਿੱਚ ਹੋਰ ਬੋਲੀ ਬੋਲੀ ਜਾਂਦੀ ਹੈ ਦੁਆਬੇ ਦੇ ਖੇਤਰ ਦੇ ਵਿੱਚ ਹੋਰ ਬੋਲੀ ਬੋਲੀ ਜਾਂਦੀ ਹੈ ਠੀਕ ਹੈ ਇਹ ਜਿਹੜੀਆਂ ਸਾਰੀਆਂ ਬੋਲੀਆਂ ਇਹ ਜਿਹੜੀਆਂ ਪੰਜਾਬੀ ਬੋਲੀ ਇੱਕ ਮੇਨ ਬੋਲੀ ਜਿਹੜੀ ਆ ਉਹ ਪੰਜਾਬੀ ਆ ਇਹ ਇਹ ਸਾਰੀਆਂ ਉਸ ਦੀਆਂ ਉਪ ਬੋਲੀਆਂ ਠੀਕ ਹੈ ਜੀ ਤਾਂ ਇਹ ਸਾਰੀਆਂ ਉਥੋਂ ਦੇ ਖੇਤਰਾਂ ਦੇ ਹਿਸਾਬ ਨਾਲ ਉਥੋਂ ਦੇ ਲੋਕਾਂ ਦੇ ਰਹਿਣ ਸਹਿਣ ਦੇ ਹਿਸਾਬ ਨਾਲ ਉਥੋਂ ਦੇ ਲੋਕਾਂ ਦੇ ਆਰਥਿਕ ਜਾਂ ਸਮਾਜਿਕ ਜਿਹੜੇ ਹਾਲਾਤ ਸੀ ਜਾਂ ਉਥੋਂ ਦੇ ਜਿਹੜੇ ਆਲੇ ਦੁਆਲੇ ਦੀਆਂ ਹੋਰ ਬੋਲੀਆਂ ਸੀ ਉਹਨਾਂ ਦੇ ਅਸਰ ਦੇ ਨਾਲ ਇਹ ਬੋਲੀਆਂ ਜਿਹੜੀਆਂ ਉਹ ਹੋਂਦ ਵਿੱਚ ਆਈਆਂ ਤੇ ਇੱਕ ਕਹਿੰਦੇ ਅੱਗੇ ਇੱਕ ਭਾਸ਼ਾ ਦੇ ਅੰਦਰ ਕਈ ਉਪਭਾਸ਼ਾਵਾਂ ਹੋ ਸਕਦੀਆਂ। ਭਾਸ਼ਾ ਇੱਕ ਹੀ ਪਰ ਉਸ ਦੇ ਅੰਦਰ ਕਈ ਉਪਭਾਸ਼ਾਵਾਂ ਹੋ ਸਕਦੇ ਆ ਜਿਵੇਂ ਆਪਾਂ ਅੱਗੇ ਆਪਣੀ ਕਲਾਸਿਸ ਦੇ ਵਿੱਚ ਪੜ੍ਹਾਂਗੇ ਕਿ ਪੰਜਾਬੀ ਭਾਸ਼ਾ ਦੀਆਂ ਕਿਹੜੀਆਂ-ਕਿਹੜੀਆਂ ਉਪਭਾਸ਼ਾਵਾਂ ਕਿੱਥੇ-ਕਿੱਥੇ ਬੋਲੀਆਂ ਜਾਂਦੀਆਂ, ਕਿਵੇਂ ਹੋਂਦ ਵਿੱਚ ਆਈਆਂ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਅੱਗੇ ਪੜ੍ਹਾਂਗੇ। ਤਾਂ ਉਹ ਹੀ ਕਹਿ ਰਹੇ ਕਿ ਭਾਸ਼ਾ ਜਿਹੜੀ ਉਹ ਇੱਕ ਹੁੰਦੀ ਆ ਔਰ ਉਸ ਦੇ ਵਿੱਚ ਜਿਹੜੀਆਂ ਉਪਭਾਸ਼ਾਵਾਂ ਉਹ ਕਈ ਹੋ ਸਕਦੀਆਂ। ਇੱਕ ਜਾਂ ਇੱਕ ਤੋਂ ਵੱਧ ਵੀ ਉਪਭਾਸ਼ਾਵਾਂ ਹੋ ਸਕਦੀ ਹੈ। ਠੀਕ ਹੈ ਜੀ ਤਾਂ ਇਹ ਸੀ ਉਪ ਭਾਸ਼ਾ ਜਾਂ ਉਪ ਬੋਲੀ ਕੀ ਹੁੰਦੀ ਹੈ ਅੱਗੇ ਆਪਣੇ ਕੋਲੇ ਆ ਜਾਂਦਾ ਹੈ ਭਾਸ਼ਾ ਤੇ ਉਪ ਭਾਸ਼ਾ ਦੇ ਵਿੱਚ ਅੰਤਰ ਇਹ ਵੀ ਐਗਜ਼ਾਮਸ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਭਾਸ਼ਾ ਜਾਂ ਉਪ ਭਾਸ਼ਾ ਦੇ ਵਿੱਚ ਫਰਕ ਦੱਸੋ ਅੰਤਰ ਦੱਸੋ ਜਾਂ ਉਪ ਭਾਸ਼ਾ ਤੇ ਉਪ ਬੋਲੀ ਦੇ ਵਿੱਚ ਸੌਰੀ ਉਪ ਭਾਸ਼ਾ ਤੇ ਭਾਸ਼ਾ ਦੇ ਵਿੱਚ ਕੀ ਅੰਤਰ ਹੈ ਕਿਵੇਂ ਤੁਸੀਂ ਇਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰਕੇ ਦੇਖਦੇ ਹੋ ਤਾਂ ਪਹਿਲਾਂ ਆਪਾਂ ਇੱਕ-ਇੱਕ ਕਰਕੇ ਦੇਖ ਲੈਣੇ ਆ ਪਹਿਲੇ ਨੰਬਰ ਤੇ ਆਪਾਂ ਦੇਖਾਂਗੇ ਭਾਸ਼ਾ ਕੀ ਹੁੰਦੀ ਹੈ ਤਾਂ ਭਾਸ਼ਾ ਇੱਕ ਆਦਰਸ਼ ਭਾਸ਼ਾਈ ਰੂਪ ਹੈ ਤਾਂ ਉਪਭਾਸ਼ਾ ਕੀ ਹੈ ਉਸ ਦੇ ਉਲਟ ਉਪਭਾਸ਼ਾ ਖੇਤਰ ਦੇ ਲੋਕਾਂ ਦੀ ਕਾਰਜੀ ਭਾਸ਼ਾਈ ਰੂਪ ਹੈ ਕਿ ਜਿਹੜੀ ਭਾਸ਼ਾ ਉਹ ਤਾਂ ਇੱਕ ਆਦਰਸ਼ ਭਾਸ਼ਾਈ ਰੂਪ ਹੈ ਮਤਲਬ ਉਹਦੇ ਵਿੱਚ ਇੱਕ ਕਹਿ ਲਓ ਕਿ ਇੱਕ ਅਦਰਸ਼ਤਾ ਝਲਕਦੀ ਹੈ ਇੱਕ ਸਹੀ ਚੀਜ਼ ਆਪਾਂ ਨੂੰ ਦਿਖਦੀ ਹੈ ਕਿ ਉਹ ਸਾਰੀ ਜਿਹੜੀ ਹੈ ਇੱਕ ਮਤਲਬ ਜਿਵੇਂ ਪੰਜਾਬ ਦੀ ਜਿਹੜੀ ਇੱਕ ਆਦਰਸ਼ ਭਾਸ਼ਾ ਹੈ ਉਹ ਪੰਜਾਬੀ ਹੈ ਠੀਕ ਹੈ ਉਹ ਇੱਕ ਭਾਸ਼ਾ ਹੋਗੀ ਔਰ ਜਿਹੜੀ ਉਪ ਭਾਸ਼ਾ ਹੈ ਉਹ ਜਿਹੜੇ ਵੱਖ-ਵੱਖ ਖੇਤਰ ਹੈ ਉਹਨਾਂ ਦੇ ਲੋਕਾਂ ਦੀ ਉਹ ਕਾਰਜੀ ਭਾਸ਼ਾਈ ਰੂਪ ਹੈ ਕਿ ਉਹਦੇ ਵਿੱਚ ਉਹ ਲਿਖੀ ਨਹੀਂ ਜਾਂਦੀ ਸਿਰਫ ਉਹ ਬੋਲਣ ਦੇ ਵਿੱਚ ਹੀ ਉਹਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਭਾਸ਼ਾ ਨੂੰ ਬੋਲਿਆ ਜਾਂਦਾ ਹੈ ਅੱਗੇ ਹੈ ਭਾਸ਼ਾ ਸਿੱਕੇ ਨੰਬਰ ਆਪਣੇ ਕੋਲੇ ਭਾਸ਼ਾ ਇੱਕ ਹੁੰਦੀ ਹੈ ਤੇ ਉਧਰ ਉਪ ਭਾਸ਼ਾ ਜਿਹੜੀਆਂ ਉਹ ਕਈ ਹੋ ਸਕਦੀਆਂ ਹੈ ਮੈਂ ਜਿਵੇਂ ਪਹਿਲਾਂ ਵੀ ਆਪਾਂ ਪਿੱਛੇ ਵੀ ਪੜ ਕੇ ਆਏ ਕਿ ਇੱਕ ਭਾਸ਼ਾ ਦੀਆਂ ਕਈ ਉਪ ਭਾਸ਼ਾਵਾਂ ਹੋ ਸਕਦੀਆਂ ਤਾਂ ਭਾਸ਼ਾ ਜਿਹੜੀ ਉਹ ਆਪਣੇ ਕੋਲੇ ਇੱਕ ਹੁੰਦੀ ਹੈ ਔਰ ਉਪ ਭਾਸ਼ਾਵਾਂ ਜਿਹੜੀਆਂ ਉਹ ਇੱਕ ਤੋਂ ਵੱਧ ਵੀ ਹੋ ਸਕਦੀਆਂ ਨੈਕਸਟ ਪੁਆਇੰਟ ਹੈ ਭਾਸ਼ਾ ਬੋਲੀ ਵੀ ਜਾਂਦੀ ਹੈ ਤੇ ਲਿਖੀ ਵੀ ਜਾਂਦੀ ਹੈ ਔਰ ਜਿਹੜੀ ਉਪ ਭਾਸ਼ਾ ਹੈ ਉਹ ਹਮੇਸ਼ਾ ਬੋਲੀਆਂ ਹੀ ਜਾਂਦੀਆਂ ਲਿਖੀਆਂ ਨਹੀਂ ਜਾਂਦੀਆਂ ਠੀਕ ਹੈ ਜਿਹੜੀ ਹੁਣ ਜਿਵੇਂ ਤੁਸੀਂ ਦੇਖ ਲਓ ਕਿ ਪੰਜਾਬ ਦੀ ਜਿਹੜੀ ਭਾਸ਼ਾ ਹੈ ਉਹ ਹੈ ਪੰਜਾਬੀ ਜਦੋਂ ਆਪਾਂ ਕੋਈ ਨਿਊਜ਼ਪੇਪਰ ਛਪਦਾ ਹੈ ਜਾਂ ਨਿਊਜ਼ ਆਪਾਂ ਟੀਵੀ ਚੈਨਲ ਤੇ ਦੇਖਦੇ ਹਾਂ ਅਖਬਾਰ ਦੇ ਵਿੱਚ ਖਬਰਾਂ ਦੇਖਦੇ ਹਾਂ ਜਾਂ ਜੋ ਵੀ ਕਿਸੇ ਨੂੰ ਆਪਾਂ ਕੋਈ ਚਿੱਠੀ ਪੱਤਰ ਲਿਖਦੇ ਹਾਂ ਉਹ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਜਿਹੜੀ ਕਿ ਸਾਰੇ ਪੰਜਾਬ ਦੀ ਸਾਂਝੀ ਬੋਲੀ ਹੈ ਠੀਕ ਹੈ ਤੇ ਜਿਹੜੀਆਂ ਉਪਸ਼ਾਵਾਂ ਹੈ ਉਹ ਹਮੇਸ਼ਾ ਬੋਲੀਆਂ ਜਾਂਦੀਆਂ ਉਹ ਲਿਖੀਆਂ ਨਹੀਂ ਜਾਂਦੀਆਂ ਜਿਵੇਂ ਹੁਣ ਮੰਨ ਲਓ ਜਿਹੜਾ ਖ਼ਬਰ ਹੈ ਅਜੀਤ ਅਖਬਾਰ ਜਿੱਥੇ ਵੀ ਛਪਦਾ ਉਹ ਸਿਰਫ ਪੰਜਾਬੀ ਦੇ ਵਿੱਚ ਛਪਦਾ ਉਹ ਇਸੇ ਤਰੀਕੇ ਨਾਲ ਨਹੀਂ ਛਪਿਆ ਜਾਂਦਾ ਕਿ ਉਸ ਨੂੰ ਮਾਲਵੇ ਦੇ ਖੇਤਰ ਵਿੱਚ ਮਾਲਵੇ ਦੀ ਬੋਲੀ ਦੇ ਹਿਸਾਬ ਨਾਲ ਛਾਪਿਆ ਜਾਵੇ ਦੁਆਬੇ ਦੇ ਖੇਤਰ ਦੇ ਵਿੱਚ ਦੁਆਬੇ ਦੀ ਬੋਲੀ ਦੇ ਹਿਸਾਬ ਨਾਲ ਛਾਪਿਆ ਜਾਵੇ ਉਸ ਨੂੰ ਇੱਕੋ ਜਿਹੜੀ ਆਪਣੀ ਸਾਂਝੀ ਬੋਲੀ ਆ ਜਾਨੀ ਕਿ ਟਕਸਾਲੀ ਬੋਲੀ ਆ ਉਸ ਦੇ ਹਿਸਾਬ ਨਾਲ ਛਾਪਿਆ ਜਾਂਦਾ ਵਿਆਕਰਨ ਦੇ ਨਿਯਮਾਂ ਵਿੱਚ ਤੇ ਉਪਸ਼ਾਵਾ ਜਿਹੜੀਆਂ ਉਹ ਹਮੇਸ਼ਾ ਬਹੁਤ ਜ਼ਿਆਦਾਤਰ ਬੋਲਦੀਆਂ ਉਹ ਲਿਖੀਆਂ ਨਹੀਂ ਜਾਂਦੀਆਂ ਠੀਕ ਹੈ ਇੱਕ ਡਿਫਰੈਂਸ ਹੈ ਇਹਨਾਂ ਦੇ ਵਿੱਚ ਅੱਗੇ ਆ ਜੀ ਕਿ ਭਾਸ਼ਾ ਜਿਹੜੀ ਹੈ ਉਹ ਸਾਰੇ ਪ੍ਰਦੇਸ਼ ਦੀ ਸਾਂਝੀ ਬੋਲੀ ਮੰਨੀ ਜਾਂਦੀ ਹੈ ਪਰ ਜਿਹੜੀ ਉਪਭਾਸ਼ਾ ਹੈ ਉਸ ਦਾ ਘੇਰਾ ਕਿਸੇ ਖਾਸ ਖੇਤਰ ਤੱਕ ਹੀ ਸੀਮਤ ਹੁੰਦਾ ਜਿਵੇਂ ਹੁਣੇ ਆਪਾਂ ਗੱਲ ਕੀਤੀ ਆ ਅਖਬਾਰ ਦੀ ਵੀ ਜਿਹੜਾ ਅਖਬਾਰ ਹੈ ਉਹ ਪੰਜਾਬ ਦੇ ਸਾਰੇ ਦੇ ਵਿੱਚ ਇੱਕ ਹੀ ਭਾਸ਼ਾ ਦੇ ਵਿੱਚ ਛਪਦਾ ਕਿ ਉਹਦਾ ਸਾਰੇ ਪੰਜਾਬ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਮਤਲਬ ਸਾਰਾ ਪੰਜਾਬ ਉਹਨੇ ਕਵਰ ਕੀਤਾ ਹੋਇਆ ਉਸ ਦਾ ਜਿਹੜਾ ਖੇਤਰਫਲ ਜ ਜਉ ਦਾ ਘੇੜਾ ਹੈ ਉਹ ਪੂਰੇ ਪੰਜਾਬ ਦਾ ਹੈ ਪਰ ਜਿਹੜੀ ਮਲਵਈ ਬੋਲੀ ਉਪ ਬੋਲੀ ਆ ਉਸ ਦਾ ਜਿਹੜਾ ਖੇਤਰ ਆ ਉਹ ਮਾਲਵੇ ਤੱਕ ਸੀਮਤ ਹੈ ਜਿਹੜੀ ਦੁਆਬੀ ਬੋਲੀ ਆ ਉਹ ਬੋਲੀ ਆ ਉਸ ਦਾ ਖੇਤਰ ਆ ਜਿਹੜਾ ਉਹ ਦੁਆਬੇ ਤੱਕ ਹੀ ਸੀਮਤ ਹੈ ਤਾਂ ਉਪ ਭਾਸ਼ਾ ਦਾ ਜਾਂ ਉਪ ਬੋਲੀ ਦਾ ਘੇੜਾ ਜਿਹੜਾ ਉਹ ਉਸ ਕਿਸੇ ਖਾਸ ਖੇਤਰ ਤੱਕ ਸੀਮਤ ਹੁੰਦਾ ਜਦੋਂ ਕਿ ਭਾਸ਼ਾ ਦਾ ਜਿਹੜਾ ਘੇੜਾ ਹੈ ਉਹ ਪੂਰੇ ਪ੍ਰਦੇਸ਼ ਤੱਕ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਸੀ ਡਿਫਰੈਂਸ ਭਾਸ਼ਾ ਤੇ ਉਪਭਾਸ਼ਾ ਦੇ ਵਿੱਚ ਕੀ ਅੰਤਰ ਹੈ ਤੇ ਇਹ ਮੈਨੂੰ ਉਮੀਦ ਕਰਦੀ ਆਂ ਕਿ ਤੁਹਾਨੂੰ ਇਹ ਅੱਛਾ ਲੱਗਿਆ ਉਹ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਭਾਸ਼ਾ ਤੇ ਉਪਭਾਸ਼ਾ ਕੀ ਹੁੰਦੀ ਹੈ ਮਾਤ ਭਾਸ਼ਾ ਕੀ ਹੁੰਦੀ ਹੈ ਕੀ ਕਹ ਫਿਰ ਭਾਸ਼ਾ ਕਿਸ ਨੂੰ ਕਹਿੰਦੇ ਆ ਜਾਂ ਉਪਭਾਸ਼ਾ ਕਿਸ ਨੂੰ ਕਹਿੰਦੇ ਆ ਤਾਂ ਇਹ ਸੀ ਆਪਣਾ ਅੱਜ ਦੀ ਕਲਾਸ ਅੱਜ ਦੇ ਸੈਸ਼ਨ ਦੇ ਵਿੱਚ ਬਸ ਆਪਾਂ ਇਹੀ ਟੌਪਿਕ ਕੀਤਾ ਕਿ ਭਾਸ਼ਾ ਜਾਂ ਬੋਲੀ ਤੇ ਅੱਗੇ ਉਸ ਦੇ ਵਿੱਚ ਜਿਹੜੇ ਸਬ ਟੌਪਿਕਸ ਕੀਤੇ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਊਗਾ ਜੇ ਸੈਸ਼ਨ ਪਸੰਦ ਆਇਆ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਲਾਈਕ ਕਰ ਦਿਓ ਵੀਡੀਓ ਨੂੰ ਤਾਂ ਕੱਲ ਮਿਲਦੇ ਆ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਅੱਗੇ ਆਪਾਂ ਆਪਣੀ ਪੰਜਾਬੀ ਭਾਸ਼ਾ ਬਾਰੇ ਪੜਾਂਗੇ ਉਸ ਦੀਆਂ ਉਪਬੋਲੀਆਂ ਬਾਰੇ ਪੜਾਂਗੇ ਤੋਂ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਤਦ ਤੱਕ ਲਈ ਧੰਨਵਾਦ